ਕਿਸਾਨਾਂ ਦਾ ਸੰਘਰਸ਼। ਤੁਸੀਂ ਦੇਖੋ 15 ਫਰਵਰੀ ਨੂੰ ਪੰਜਾਬ ਕਾਂਗਰਸ ਦੀ ਇੱਕ ਡੈਲੀਗੇਸ਼ਨ ਨੇ ਆ ਰਿਟਨ ਰੈਪ੍ਰੈਜੈਂਟੇਸ਼ਨ CM ਸਾਹਿਬ ਨੂੰ ਦਿੱਤੀ ਥਰੂ ਚੀਫ ਸੈਕਟਰੀ, ਅਤੇ ਕਾਪੀ ਦਿੱਤੀ ਗਈ DGP ਸਾਹਿਬ ਨੂੰ। ਇਹ 'ਚ ਅਸੀਂ ਮੰਗ ਇਹ ਕੀਤੀ ਸੀਗੀ ਕਿ ਹਰਿਆਣਾ ਦੇ ਜਿਹੜੇ ਪੁਲਿਸ ਅਫਿਸ਼ਲਸ ਹੈ ਉਹ ਆਪਦੀ ਟੈਰੀਟਰੀ ਤੋਂ ਪੰਜਾਬ ਦੀ ਟੈਰੀਟਰੀ ਵੱਲ ਫਾਇਰ ਕਰ ਰਹੇ ਹੈ ਟੀਅਰ ਗੈਸ ਸ਼ੈਲਸ ਅਤੇ ਰਬਰ ਬੁਲੇਟਸ। ਅਗੇਂਸਟ ਦ ਲਾਅ ਹੈ, ਅਨਕੋਨਸਟੀਟਿਊਸ਼ਨਲ ਹੈ, ਅਤੇ ਕਿਸਾਨਾਂ ਦੇ Article 21 ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ ਨੂੰ ਵੀ ਵਾਇਲੇਟ ਕਰਦਾ, Article 19(1)(a) ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਨੂੰ ਵੀ ਵਾਇਲੇਟ ਕਰਦਾ, ਉਹਦੇ ਵਿੱਚ ਹੀ ਰਾਈਟ ਟੂ ਪੀਸਫੁਲ ਪ੍ਰੋਟੈਸਟ ਆ ਜਾਂਦਾ। ਸੋ ਜਦੋਂ ਇਹ ਸਾਰਾ ਕੁਛ ਹੋ ਰਿਹਾ, ਟੀਅਰ ਗੈਸ ਸ਼ੈਲਸ ਫਾਇਰ ਹੋ ਰਹੇ ਹੈ, ਕਿਸਾਨਾਂ ਦੀਆਂ ਰਬਰ ਬੁਲੇਟਸ ਕਰਕੇ ਅੱਖਾਂ ਦੀ ਰੋਸ਼ਨੀ ਜਾ ਰਹੀ ਹੈ, ਬਜ਼ੁਰਗਾਂ ਤੱਕ ਨੂੰ ਬਖਸ਼ਿਆ ਨਹੀਂ ਜਾ ਰਿਹਾ, ਉਹਨਾਂ ਦੇ ਵਾਈਟਲ ਪਾਰਟਸ ਟਾਰਗੇਟ ਹੋ ਰਹੇ ਹੈ, ਅਤੇ ਅਸੀਂ ਮੰਗ ਕੀਤੀ ਵੀ ਉਹ ਪੁਲਿਸ ਅਫਿਸ਼ਲਸ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਦੂਜੀ ਗੱਲ, ਇਹ ਦਿੱਤੇ ਅੱਜ 4 ਦਿਨ ਹੋ ਗਏ ਹੈ, 3-4 ਦਿਨ ਆਲਰੇਡੀ ਹੋ ਗਏ ਹੈ, ਉਹਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਐਕਸ਼ਨ ਇਨੀਸ਼ੀਏਟ ਕੀਤਾ, ਕੋਈ FIR ਨਹੀਂ ਕੀਤੀ। ਸਾਡਾ ਸਵਾਲ ਆਮ ਆਦਮੀ ਪਾਰਟੀ ਨੂੰ ਇਹ ਹੈ ਕਿ ਤੁਸੀਂ ਕਦੇ ਹੈਂਡ ਇਨ ਗਲਵ ਤਾਂ ਨਹੀਂ ਖੱਟੋ ਸਰਕਾਰ ਦੇ ਨਾਲ? ਤੁਸੀਂ ਕਦੇ ਕਿਸਾਨ ਜੋ ਵਿਰੋਧੀ ਸਟੈਂਡ ਭਾਰਤੀ ਜਨਤਾ ਪਾਰਟੀ ਦਾ ਹੈ ਉਹਦੀ ਹਮਾਇਤ ਤਾਂ ਨਹੀਂ ਕਰਦੇ? ਅਤੇ ਮੈਂ ਇਹਨਾਂ ਨੂੰ ਪੁੱਛੂੰਗਾ ਕਿ ਪਹਿਲਾਂ ਤਾਂ ਆਪਣਾ ਸਟੈਂਡ ਸਪਸ਼ਟ ਕਰੋ ਕਿ ਤੁਸੀਂ ਇਹਨੂੰ ਕੰਡੈਮ ਕਰਦੇ ਹੋ ਨਹੀਂ ਕਰਦੇ, ਤੁਹਾਡੀ ਅੱਖਾਂ 'ਚ ਇਹ ਲੀਗਲ ਹੈ ਕਿ ਨਹੀਂ ਹੈ ਕਿ ਇੱਕ ਸਟੇਟ ਦੂਜੀ ਦੀ ਟੈਰੀਟਰੀ ਜਾ ਕੇ, ਜੁਰਿਸਡਿਕਸ਼ਨ ਜਾ ਕੇ, ਅਤੇ ਆਹ ਸਾਰਾ ਕੁਛ ਕਰੇ? ਤੀਜਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ, ਇੱਕ ਸਿੱਕੇ ਦੇ ਦੋ ਪਹਿਲੂ ਆ, ਕਿਵੇਂ ਇਹ ਭਾਰਤੀ ਜਨਤਾ ਪਾਰਟੀ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ, ਆਮ ਆਦਮੀ ਪਾਰਟੀ ਦੀ ਸਰਕਾਰ ਧੱਕਾ ਹੁਣ ਦੇ ਰਹੀ ਹੈ ਬਾਏ ਡੂਇੰਗ ਨਥਿੰਗ ਐਟ ਆਲ, ਬਾਏ ਨੋਟ ਇੰਟਰਵੀਨਿੰਗ। ਦੂਜਾ ਇਹ ਹੈ, ਜਦੋਂ ਖੇਤੀ ਕਾਨੂੰਨ BJP ਲੈ ਕੇ ਆਈ ਸੀ ਪਹਿਲਾਂ, BJP ਲਿਆਈ, ਆਮ ਆਦਮੀ ਪਾਰਟੀ ਨੇ ਦਿੱਲੀ 'ਚ ਨੋਟੀਫਾਈ ਕੀਤਾ, ਕਾਂਗਰਸ ਪਾਰਟੀ ਸੀਗੀ ਜਿਹਨੇ ਐਂਟੀ ਫਾਰਮ ਬਿੱਲ, ਉਹਨਾਂ ਨੂੰ ਰੱਦ ਕਰਨ ਲਈ ਬਿੱਲ ਪਾਸ ਕੀਤੇ, ਮੇਕ ਸ਼ੋਰ ਕੀਤਾ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਸੀ ਕਿਸਾਨ ਉਹਨਾਂ ਦੇ ਪਰਿਵਾਰਾਂ ਨੂੰ ਜੋਬਸ ਵੀ ਦਿੱਤੀਆਂ ਜਾਣ, ਮੁਆਵਜ਼ਾ ਵੀ ਦਿੱਤਾ ਜਾਵੇ, ਅਤੇ ਲਖਮਪੁਰ ਤੱਕ ਦਿੱਤਾ। ਹੁਣ ਸਵਾਲ ਇਹ ਹੈ ਕਿ BJP ਦਾ ਜਿਹੜਾ ਸਟੈਂਡ ਹੈ ਕਿ ਅਸੀਂ ਹੈਵੀ ਡਿਪਲੋਇਮੈਂਟ ਵੀ ਕਰਨੀ ਹੈ ਪੁਲਿਸ ਦੀ, ਸੀਮੈਂਟ ਬੈਰੀਕੇਡਿੰਗ ਵੀ ਕਰਨੀ ਹੈ, ਅਸੀਂ ਇੰਟਰਨੈਟ ਵੀ ਸਸਪੈਂਡ ਕਰਨਾ, 144 ਵੀ ਲਾਉਣੀ ਹੈ, SMS ਵੀ ਸਸਪੈਂਡ ਕਰਨਾ, ਕੰਢੇ ਵੀ ਬੀਜਣੇ ਹੈ, ਆਇਰਨ ਸਪਾਈਕਸ ਲਾਉਣੀ ਹੈ, ਅਤੇ ਕੀ ਇਹ ਕਿਸਾਨ ਵਿਰੋਧੀ ਸੋਚ ਭਾਰਤੀ ਜਨਤਾ ਪਾਰਟੀ ਦੀ ਨੂੰ ਨਹੀਂ ਦਰਸਾਉਂਦਾ? ਮੋਦੀ ਸਾਹਿਬ ਜਦੋਂ ਮੁੱਖ ਮੰਤਰੀ ਸੀਗੇ, ਬਿਫੋਰ ਬਿਕਮਿੰਗ ਦਾ ਪ੍ਰਾਈਮ ਮਿਨਿਸਟਰ, ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ MSP ਐਜ ਲੀਗਲ ਗਰੰਟੀ ਦਿੱਤਾ ਜਾਣਾ ਚਾਹੀਦਾ। ਖਟਿਆਲੀ, ਜਿਵੇਂ ਕਿ ਅੱਜ 4th time ਮੀਟਿੰਗ ਹੋਣੀ ਹੈ, ਅਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਕੁਛ ਸੋਰਟ ਆਊਟ ਹੋ ਪਾਏਗਾ? ਦੇਖੋ, ਉਮੀਦ ਤਾਂ ਸਾਨੂੰ ਹੈਗੀ ਹੈ ਕਿ ਕਿਸਾਨਾਂ ਦਾ ਮਸਲਾ ਜਿਹੜਾ ਜਲਦ ਤੋਂ ਜਲਦ ਸੁਲਝਾਇਆ ਜਾਣਾ ਚਾਹੀਦਾ ਹੈ ਔਨ ਪ੍ਰਾਇਓਰਿਟੀ, ਕਿਉਂਕਿ ਗੱਲ ਦੱਸੋ ਕਿ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ, ਕਾਂਗਰਸ ਵੱਲੋਂ ਕਿਹੜੇ ਐਫਰਟਸ ਕੀਤੇ ਜਾ ਰਹੇ ਕਿ ਕਿਸਾਨਾਂ ਨੂੰ ਕੋਈ ਹੈਲਪ ਦਿੱਤੀ ਜਾ ਰਹੀ ਹੈ, ਜਾਂ ਉਹਨਾਂ ਲਈ ਕੁਛ ਨਾ ਕੁਛ ਕੋਈ ਐਫਰਟਸ ਇਹੋ ਜਿਹੇ ਕੀਤੇ ਜਾ ਰਹੇ ਕਿ ਜਾਂ ਉਹਨਾਂ ਨੂੰ ਕੋਈ ਸਟੈਪ ਅੱਗੇ ਲੈ ਕੇ ਜਾਇਆ ਜਾ ਸਕੇ? ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਫਰੀ ਲੀਗਲ ਏਡ ਦੀ ਹੈਲਪਲਾਈਨ ਜਾਰੀ ਕੀਤੀ ਹੈ ਕਿਸੇ ਵੀ ਕਿਸਾਨ ਨੂੰ ਪੰਜਾਬ 'ਚ, ਹਰਿਆਣਾ, ਚੰਡੀਗੜ੍ਹ, ਕੋਈ ਵੀ ਲੀਗਲ ਕਾਊਂਸਲ ਦੀ ਏਡ ਦੀ ਹੈਲਪ ਦੀ ਲੋੜ ਪੈਂਦੀ ਹੈ, 24x7 ਵੀ ਆਰ ਅਵੇਲੇਬਲ, ਕਾਲ ਕਰੋ ਨੰਬਰ 'ਤੇ, ਉਹ ਜਾਰੀ ਕੀਤਾ ਹੋਇਆ। ਦੂਜਾ ਇਹ ਹੈ, ਆਹ ਚਿੱਠੀ ਲਿਖੀ ਹੈ ਵੀ ਮੇਕ ਸ਼ੋਰ ਕਰੋ ਜੇ ਉਹ ਇਹ ਚੀਜ਼ ਕਰਦੇ ਰਹਿਣਗੇ, ਕਿਸਾਨਾਂ ਦਾ ਰਾਈਟ ਵਾਇਲੇਟ ਹੋਈ ਜਾ ਰਿਹਾ ਨਾ ਜੀ, ਉਹਨਾਂ ਨੂੰ ਜੇ ਰੋਕਣ ਦੀ ਕੋਸ਼ਿਸ਼ ਹੀ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਕਰੂਗੀ, ਸਟੇਟ ਦੀ ਜ਼ਿੰਮੇਵਾਰੀ ਕਿਹਦੀ? ਸਰਕਾਰ ਦੀ। ਅਤੇ ਜੇ ਸਰਕਾਰ ਹੀ ਐਕਸ਼ਨ ਕੋਈ ਨਹੀਂ ਲਊਗੀ, ਰੋਕਣ ਦੀ ਕੋਸ਼ਿਸ਼ ਨਹੀਂ ਕਰੂਗੀ, ਉਹ ਤਾਂ ਇਲੀਗੈਲਿਟੀ ਚੰਡਲ 'ਚ ਕਰੀ ਜਾਣਗੇ ਜੀ, ਕਰੀ ਜਾਣਗੇ ਜੋ ਕਰੀ ਜਾਂਦੇ ਆ। ਸੋ ਇਹ ਸਰਕਾਰ ਨੂੰ ਕੀ ਫਰਕ ਨਹੀਂ ਪੈਂਦਾ, ਸਵਾਲ ਇਹ ਹੈ। ਦੂਜਾ ਇਹ ਹੈ ਕਿ ਇਹ ਕਿਸਾਨਾਂ ਨੂੰ ਲੋੜ ਪਈ ਕਿਉਂ ਜਾਣ ਦੀ, ਆਪਦੇ ਘਰਾਂ ਨੂੰ ਛੱਡ ਕੇ, ਪਰਿਵਾਰਾਂ ਨੂੰ ਛੱਡ ਕੇ, ਕੰਫਰਟਸ ਆਫ ਹੋਮ ਨੂੰ ਛੱਡ ਕੇ ਜਾਣ ਦੀ ਲੋੜ ਕਿਉਂ ਪਈ? ਇਹੀ BJP ਨੇ ਵਾਅਦੇ ਕੀਤੇ ਸੀਗੇ 6,
ਵੀ ਅਸੀਂ ਤੁਹਾਨੂੰ MSP ਵੀ ਦੇਵਾਂਗੇ, ਤੁਹਾਡੇ ਕੇਸ ਵਾਪਸ ਲਵਾਂਗੇ ਜਿਹੜੇ ਦਰਜ ਕੀਤੇ, ਤੁਹਾਨੂੰ ਕੰਪਨਸੇਸ਼ਨ ਦੇਵਾਂਗੇ, ਹੋਰ ਵਾਅਦੇ ਕੀਤੇ ਜੋ ਡਿਲੀਵਰ ਕਰ ਦਿੰਦੇ ਕਿਸਾਨਾਂ ਨੂੰ ਜਾਣ ਦੀ ਲੋੜ ਪੈਂਦੀ ਨਾ। ਅਗਰ ਅੱਜ ਵੀ ਮੀਟਿੰਗ ਦੇ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਦਾ ਤਾਂ ਕੀ ਕਾਂਗਰਸ ਪਾਰਟੀ ਵੱਲੋਂ ਕੋਈ ਨਾ ਕੋਈ ਐਕਸ਼ਨ ਲਿੱਤਾ ਜਾਏਗਾ? ਦੇਖੋ, ਅਸੀਂ ਤਾਂ ਕਿਸਾਨਾਂ ਦੇ ਨਾਲ ਖੜ੍ਹੇ ਸੀਗੇ, ਖੜ੍ਹੇ ਹੈਗੇ ਹਾਂ ਅਤੇ ਖੜ੍ਹੇ ਰਹਾਂਗੇ ਜਦੋਂ ਜਿੱਥੇ ਕਿਸਾਨ ਕਹਿਣਗੇ ਅਸੀਂ ਹਾਜ਼ਰ ਹੋਣ ਨੂੰ ਤਿਆਰ ਹਾਂ। ਅਤੇ ਦੂਜਾ ਇਹ ਹੈ ਕਿ ਜਿਨ੍ਹਾਂ ਨੂੰ ਲੋੜ ਹੈਗੀ ਹੈ ਡਿਲੀਵਰ ਕਰਨ ਦੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ, ਮੈਂ ਕਿਉਂ ਕਿਹਾ BJP ਦੇ ਨਾਲ ਚੱਲ ਰਹੀ ਹੈ, ਇੱਕ ਸਿੱਕੇ ਦੇ ਦੋ ਪਹਿਲੂ ਹੈ। ਜਿਵੇਂ ਮੋਦੀ ਸਾਹਿਬ ਨੇ ਵਾਅਦਾ ਕੀਤਾ ਸੀ MSP ਦਿੱਤੀ ਜਾਣੀ ਚਾਹੀਦੀ ਐਜ਼ ਲੀਗਲ ਗਾਰੰਟੀ ਜਦੋਂ ਮੁੱਖ ਮੰਤਰੀ ਸੀਗੇ, ਮਾਨ ਸਾਹਿਬ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਪਣਾ ਥੋੜ੍ਹੇ ਟਾਈਮ ਪਹਿਲਾਂ ਦੀ ਗੱਲ ਹੈ, ਕੁਛ ਮਹੀਨਿਆਂ ਦੀ, ਇਹਨਾਂ ਨੇ ਕਿਹਾ ਸੀ MSP ਦੇਵਾਂਗੇ ਸਾਰੀਆਂ ਫਸਲਾਂ 'ਤੇ। ਇਹਨਾਂ ਦੇ ਮੰਤਰੀ ਨੇ ਕਹਿਤਾ ਸੀਗਾ ਵੀ ਚੁਟਕੀਆਂ ਮਾਰ ਕੇ ਤੁਹਾਨੂੰ MSP ਦਿੱਤਾ ਜਾਊਗਾ, MSP ਦਾ ਦਿੱਤਾ ਨਹੀਂ। ਪਰਾਲੀ ਸਾੜਨ ਕਰਕੇ ਕਿਸਾਨਾਂ 'ਤੇ ਪਰਚੇ ਜ਼ਰੂਰ ਦਰਜ ਕਰਤੇ। ਇਹਨਾਂ ਦੇ ਸੁਪਰੀਮੋ ਕੇਜਰੀਵਾਲ ਸਾਹਿਬ ਨੇ ਉੱਥੇ ਬੈਠੇ ਡਿਫੇਮ ਅਤੇ ਡਿਮੀਨ ਕੀਤਾ ਪੰਜਾਬ ਦੇ ਕਿਸਾਨਾਂ ਨੂੰ ਵੀ ਪਰਾਲੀ ਤੁਸੀਂ ਸਾੜ ਦਿਓ, ਧੂੰਆਂ ਸਾਨੂੰ ਇਫੈਕਟ ਕਰਦਾ ਉੱਥੇ ਆ ਕੇ। ਸੋ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਹੜ੍ਹਾਂ ਦਾ ਮੁਆਵਜ਼ਾ ਦੇਵਾਂਗੇ, ਮੁਰਗੇ ਦਾ, ਬੱਕਰੇ ਦਾ ਮੁਆਵਜ਼ਾ ਵੀ ਕੋਈ ਨਹੀਂ ਆਇਆ, ਹੁਣ ਵੀ ਕੁਛ ਨਹੀਂ ਕਰ ਰਹੇ। ਇੱਥੋਂ ਇਹ ਦੋਵੇਂ ਪਾਰਟੀਜ਼ ਐਕਸਪੋਜ਼ ਹੋ ਜਾਂਦੀਆਂ। ਅਤੇ MS ਸਵਾਮੀਨਾਥਨ ਸਾਹਿਬ ਅਤੇ ਚੌਧਰੀ ਚਰਨ ਸਿੰਘ ਜੀ, ਉਹ ਸਾਡੇ ਭਾਰਤ ਦੇ ਰਤਨ ਨੇ, ਤੁਸੀਂ ਭਾਰਤ ਰਤਨ ਦਿੱਤਾ, ਬਹੁਤ ਵਧੀਆ ਗੱਲ ਹੈ, ਲੇਕਿਨ ਟ੍ਰਿਬਿਊਟ ਦਿਓ ਉਹਨਾਂ ਨੂੰ, ਉਹਨਾਂ ਦੀਆਂ ਰਿਕਮੈਂਡੇਸ਼ਨਸ ਨੂੰ ਇੰਪਲੀਮੈਂਟ ਕਰਕੇ ਅਤੇ MSP ਐਜ਼ ਲੀਗਲ ਗਾਰੰਟੀ ਦੇ ਕੇ। ਅਤੇ ਅੱਜ ਜੇ ਕਹਿੰਦੇ ਹੈ ਵੀ ਫੀਜ਼ੀਬਲ ਨਹੀਂ ਹੈ ਜੀ, ਪੋਸੀਬਲ ਨਹੀਂ ਹੈ, ਫਿਰ ਕੋਈ ਵੀ ਤੁਸੀਂ ਵਾਅਦਾ ਕਿਉਂ ਕੀਤਾ ਸੀਗਾ ਜੇ ਪੋਸੀਬਲ ਨਹੀਂ ਹੈ? ਅੱਛਾ ਗੁਡਿਆਲ ਜੀ, ਇੱਕ ਗੱਲ ਹੋਰ ਵੀ ਹੈਗੀ ਹੈ ਕਿ ਜਦੋਂ ਵੀ ਕਿਸੇ ਦੇ ਉੱਪਰ ਕੋਈ ਸਵਾਲ ਆਉਂਦਾ ਕਿਸੇ ਵੀ ਪਾਰਟੀ ਦੇ ਉੱਪਰ, ਚਾਹੇ ਉਹ ਕਾਂਗਰਸ ਹੋਵੇ, BJP ਹੋਵੇ, ਅਕਾਲੀ ਦਲ ਹੋਵੇ, ਉਹ ਹਮੇਸ਼ਾ ਇਹ ਗੱਲ ਕਿਉਂ ਕਰਦੇ ਹੈ ਕਿ ਜਦੋਂ ਵੀ ਕੋਈ ਡਿਬੇਟ ਹੁੰਦੀ ਹੈ ਤਾਂ ਉਹਦੇ ਵਿੱਚ ਫਿਰ ਉਹ ਸ਼ਾਮਿਲ ਨਹੀਂ ਹੁੰਦੇ? ਦੇਖੋ, ਬਹੁਤ ਅਨਫੋਰਚੁਨੇਟ ਅਤੇ ਬਹੁਤ ਮੰਦਭਾਗੀ ਗੱਲ ਹੈ ਕਿ ਇੱਕ ਤਾਂ ਤੁਸੀਂ ਆਹ ਧੱਕਾ ਕਰੋ, ਉਦੋਂ ਬਾਅਦ ਜਦੋਂ ਸਵਾਲ ਦੇ ਜਵਾਬ ਦੇਣ ਦੀ ਵਾਰੀ ਆਵੇ ਤੁਸੀਂ ਉੱਥੋਂ ਭੱਜੋ। ਇਹ ਜਿਹੜਾ ਟ੍ਰੈਂਡ ਹੈ, ਇਹ ਐਂਟੀ ਡੈਮੋਕਰੇਸੀ ਹੈ, ਲੋਕਤੰਤਰ ਦੇ ਖਿਲਾਫ ਹੈ। ਮਤਲਬ ਤੁਸੀਂ ਚਾਹੁੰਦੇ ਹੋ ਕਿ 2-way ਕਮਿਊਨੀਕੇਸ਼ਨ ਹੋਵੇ ਹੀ ਨਾ, 1-way ਕਮਿਊਨੀਕੇਸ਼ਨ ਹੋਵੇ, ਜੋ ਅਸੀਂ ਦੱਸਣਾ ਚਾਹੁੰਦੇ ਹਾਂ ਉਹ ਤਾਂ ਪਹੁੰਚੇ ਲੋਕਾਂ ਤੱਕ। ਅਸੀਂ ਇਹ ਤਾਂ ਪ੍ਰੈਸ ਕਾਨਫਰੰਸ ਵੀ ਨਹੀਂ ਜੀ ਕਰਦੇ, ਕਿਉਂਕਿ ਜੇ ਪ੍ਰੈਸ ਕਾਨਫਰੰਸ ਕਰਨਗੇ ਮੀਡੀਆ ਨੇ ਸਵਾਲ ਕਰ ਲੈਣੇ, ਜਵਾਬ ਹੋਣਗੇ ਨਹੀਂ। ਸੋ ਸਿਰਫ ਔਰ ਸਿਰਫ 1-way ਕਮਿਊਨੀਕੇਸ਼ਨ ਫਤਵਾ ਸੁਣਾ ਦਿੰਦੇ ਹੈ, ਡਿਲੀਵਰ ਕਰ ਦਿੰਦੇ ਹੈ, ਸਾਰਿਆਂ ਨੂੰ ਫੋਲੋ ਕਰਨਾ ਪੈਂਦਾ, ਜਿਹੜੇ ਨਹੀਂ ਕਰਦੇ ਉਹਨਾਂ ਨੂੰ ਬਾਹਰ ਕਰ ਦਿੰਦੇ ਆ ਜੀ, ਉਹਨਾਂ ਖਿਲਾਫ਼ ਕਾਰਵਾਈ ਕਰ ਦਿੰਦੇ ਆ। ਜੀ ਤੁਸੀਂ ਇਸ ਗੱਲ ਦਾ ਵਾਅਦਾ ਕਰ ਸਕਦੇ ਹੋ ਕਿ ਜੇਕਰ ਕਾਂਗਰਸ ਸਰਕਾਰ ਆਉਂਦੀ ਹੈ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿਤੇ ਸਵਾਲਾਂ ਦੀ ਗੱਲ ਆਏਗੀ ਤਾਂ ਉਹ ਅੱਗੇ ਸ਼ਾਮਿਲ ਹੋਣਗੇ, ਉਸ ਡਿਬੇਟ ਵਿੱਚ ਸ਼ਾਮਿਲ ਹੋਣਗੇ? 100%, ਅਤੇ ਸਿਰਫ ਇਹੀ ਨਹੀਂ ਜੀ, ਕਾਂਗਰਸ ਪਾਰਟੀ ਸਟੈਂਡਸ ਫੋਰ ਸੈਕੂਲਰਿਜ਼ਮ, ਡੈਮੋਕਰੇਸੀ, ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਅਤੇ ਡਿਫਰੈਂਸ ਇਨ ਓਪੀਨੀਅਨ। ਅਸੀਂ ਤਾਂ ਅਦਰਵਾਈਜ਼ ਵੀ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ਼ੂ ਡਿਬੇਟ ਦਾ ਜਾਂ ਅਦਰਵਾਈਜ਼ ਵੀ ਕੋਈ ਵੀ ਹੈ, ਉਹ ਲੋਕਾਂ ਦਾ ਇਸ਼ੂ ਹੈ, ਸੋ ਉਹ 'ਚ ਪਾਰਟੀਸਪੇਸ਼ਨ ਹੋਣੀ ਜ਼ਰੂਰੀ ਹੈ।